नमस्कार दोस्तों, मैं प्रीति शर्मा, द फैक्ट टाइम में आपका स्वागत है। हम पहुंचे हैं पंजाब में और जानते हैं लोगों के विचार राज डेरा सच्चा सौदा को लेकर, बाबा राम रहीम जी को लेकर क्या है। नमस्कार, क्या नाम है सर आपका? प्रेम कुमार। प्रेम कुमार जी, तुसी किन्ने समय तो जा रहे हो डेरा सच्चा सौदा? मैं तो जानता नहीं, मैं हूं पहली बार ही गया करके। अच्छा, आप कभी नहीं गए? हम 5-4 दिन ना गए जी, बस हूं मैं दवाई चली सी उठी अस्पताल गया सी, बहुत बढ़िया लाइक तरह ने जी। अच्छा, आप कभी पहले वहां नहीं जुड़े हुए? एक आधी बार पहले गया हूं, 15-20 साल पहले। तो आपको क्या लगता है, क्या समाज को जरूरत है उनकी? हाँ जी, बहुत जरूरत है जी। क्यों हाँ। जरूरत है, की काम कीते उन्होंने समाज लिए? उन्होंने नशे पत्ते नु बंद कराया जी, लोगों ने होर ते गरीब कुड़ियां ब्याह कराए जी, ते असी अस्पताल दे विच गए आ, खर्चा बहुत घट लिया, गरीब बंदे नु इलाज कराना बहुत सौखा जी उत्थे जी जी। ते सब तो वड्डी गल तां इह है जी, उत्थे मतलब के मन नु संतुष्टी हुंदी आ जी जी जी, लवी इत्थे कम सही हो रहा जी। हाँ, तुसी कदे गए भी नहीं, लेकिन तुसी किवें अज भी मतलब उन्हां दा विश्वास कर रहे हो कि वो सही है? 2-4 बार गया तां देखे जाके जी, मैं पहले नहीं, मैं कदे गया 2 महीने विच 2-4 बार जरूर गया जी मैं, ते मैनूं वधिया लगा जी। लेकिन इन्ना कुछ जिहड़ा उन्हां बारे दिखाया गया मीडिया च, इन्ना कुछ ओहदे बारे तुसी की कहोगे? मेरे हिसाब से सही नहीं है, सही नहीं होया लगदा ਮੈਨੂੰ ਤਾਂ ਬਹੁਤ ਸਾਫ਼ ਸੁਥਰਾ ਲੱਗੇ ਕੰਮ ਉੱਥੇ, ਕੋਈ ਇਹੀ ਗੱਲ ਨਹੀਂ ਸੀ। ਅੱਛਾ, ਤੁਸੀਂ ਗਏ ਤਾਂ ਤੁਹਾਨੂੰ ਕੀ ਲੱਗਿਆ, ਲੜਕੇ ਸੁਰੱਖਿਅਤ ਨੇ ਉੱਥੇ? ਸੁਰੱਖਿਅਤ ਹੈ ਜੀ। ਤੁਸੀਂ ਹੋਰ ਵੀ ਲੋਕਾਂ ਨੂੰ ਆਸ ਪਾਸ ਦੇਖਦੇ ਹੋਗੇ ਜੋ ਉਹਨਾਂ ਨਾਲ ਜੁੜੇ ਹੋਏ ਹੈ, ਠੀਕ ਹੈ, ਅਤੇ ਉਹਨਾਂ ਦਾ ਕਿਵੇਂ ਦਾ ਨੇਚਰ ਰਹਿੰਦਾ, ਕਿਵੇਂ ਦਾ ਉਹ ਵਿਵਹਾਰ ਕਰਦੇ ਦੁਨੀਆ ਨਾਲ, ਉਹਨਾਂ 'ਤੇ ਵੀ ਕਾਫ਼ੀ ਸਵਾਲ ਉਠਾਏ ਗਏ ਸੀ? ਬਹੁਤ ਵਧੀਆ ਨੇਚਰ ਜੀ, ਐਵੇਂ ਕਿ ਜੀ ਇਹ ਤਾਂ ਗਾਹਾਂ ਬੋਲਣ ਵਾਲਾ ਹੈ ਹੀ ਨਹੀਂ ਜੀ, ਠੀਕ ਹੈ ਜੀ, ਕੋਈ ਨੂੰ ਕੁਛ ਕਿਹਾ ਜਾਣ, ਪਰ ਇਹੀ ਗੱਲ ਨਹੀਂ ਹੈ ਜੀ ਕੁਛ ਜੀ, ਕਿਸੇ ਨਾਲ ਬੋਲ ਕੇ ਰਾਜੀ, ਕੋਈ ਕੁਛ ਕਹਿੰਦਾ ਤਾਂ ਚੁੱਪ ਕਰਕੇ ਪਾਸੇ ਟਾਲ ਲੈਂਦੇ ਜੀ। ਹੋਰ ਸਮਾਜ ਦੇ ਕੀ ਕੰਮ ਕਰਦੇ ਉਹਨਾਂ ਦੇ ਮੰਨਣ ਵਾਲੇ ਜਾਂ ਉਹ ਲੋਕ ਕੀ ਕਰਦੇ ਆ ਸਮਾਜ ਲਈ? ਸਮਾਜ ਲਈ ਇਹ ਜਿਹੜਾ ਵੀ ਬਹੁਤ ਵੱਡਾ ਕੰਮ ਹੈ ਜੀ, ਲੋਕਾਂ ਦੇ ਗਰੀਬ ਕੁੜੀਆਂ ਵਿਆਹ ਕਰਨੇ, ਨਸ਼ੇ ਬੰਦ ਕਰਾਉਣੇ ਜੀ, 500-400 ਨਸ਼ੇ ਦਾ ਖਰਚਾ ਸੀ ਉਹ ਬਚਣ ਲੱਗ ਗਿਆ, ਘਰੇ ਲਈ ਦੇਣ ਲੱਗ ਗਿਆ ਜੀ, ਅਤੇ ਹੁਣ ਹਸਪਤਾਲਾਂ ਵਿੱਚ ਮੈਂ ਆਪ ਖੁਦ ਕਿਤੇ ਗਿਆ ਜੀ, ਮੇਰਾ 15,000 ਰੁਪਏ ਇੱਕ ਦਿਨ ਦਾ ਲਿਆ, ਇੱਥੇ ਮੇਰੇ ਮੈਂ ਕਿਹਾ 10-12 ਦਿਨ ਦਾ 15,000 ਰੁਪਏ ਖਰਚਾ ਆਇਆ, ਪਰ ਲੁੱਟ ਨਹੀਂ ਆ ਜੀ ਕੁੱਲ ਮਿਲਾ ਕੇ ਇੱਥੇ ਜੀ, ਗਰੀਬ ਬੰਦੇ ਨੂੰ ਬਹੁਤ ਸਿਮਤ ਦਿੰਦੇ। ਸਰਕਾਰ ਨੂੰ ਅਪੀਲ ਕਰੋਗੇ ਕਿ ਸਮਾਜ ਲਈ ਕੀ ਕਹਿਣਾ ਚਾਹੋਗੇ ਸਮਾਜ ਸੁਧਾਰ? ਮੇਰੇ ਹਿਸਾਬ 'ਤੇ ਬਹੁਤ ਸਹੀ ਹੈ ਜੀ, ਮਤਲਬ ਕਿ ਸਰਕਾਰ ਨੂੰ ਚਾਹੀਦਾ ਜੀ ਵੀ ਇਹਨਾਂ ਵਾਲੀ ਠੰਡੀ ਨਿਗਾਹ ਰੱਖੇ ਤਾਂ ਕਿ ਇਹ ਗਾਹਾਂ ਕੰਮ ਵਧਾ ਸਕਦਾ ਜੀ। ਜੀ, ਬਹੁਤ ਬਹੁਤ ਧੰਨਵਾਦ। ਇਹਨੇ ਸਾਡੇ ਨਾਲ ਸਮਾਜ ਦੇ ਆਮ ਲੋਕ ਜੋ ਬੋਲ ਰਹੇ ਹੈ ਡੇਰਾ ਸੱਚਾ ਸੌਦਾ ਦੇ ਗੁਰੂ ਸਨ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ, ਇਨਸਾ ਬਾਰੇ, ਡੇਰਾ ਸੱਚਾ ਸੌਦਾ ਬਾਰੇ। ਹੁਣ ਗਏ ਆ, ਇਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ, ਅਤੇ ਇਹਨਾਂ ਦਾ ਮੰਨਣਾ ਹੈ ਕਿ ਜੋ ਗਰੀਬਾਂ ਦਾ ਮਸੀਹਾ ਨੇ ਸੰਤ ਗੁਰੂ ਜੀ, ਜਿਨ੍ਹਾਂ ਨੇ ਇੰਨੇ ਕੰਮ ਸਮਾਜ ਭਲਾਈ ਦੇ ਚਲਾਏ ਹੈ, ਉਹਨਾਂ ਦੀ ਇਸ ਸਮਾਜ ਨੂੰ ਬਹੁਤ ਜ਼ਰੂਰਤ ਹੈ, ਅਤੇ ਉਹ ਸਮਾਜ ਚਾਹੁਣ ਤਾਂ ਦੁਬਾਰਾ ਉਸ ਸਮਾਜ ਨੂੰ ਜੋ ਬੀੜਾ ਉਠਾਇਆ ਹੋਇਆ ਸਮਾਜ ਨੂੰ ਸੁਧਾਰਨ ਦਾ, ਉਹ ਦੁਬਾਰਾ ਤੋਂ ਸ਼ੁਰੂ ਕਰਨ, ਨਸ਼ਾ ਮੁਕਤ ਕਰਨ। ਤੁਹਾਡੀ ਕੀ ਰਾਏ ਹੈ ਜੋ ਆਮ ਲੋਕ ਬੋਲ ਰਹੇ ਹੈ ਇਹਨਾਂ ਦੇ ਬਾਰੇ ਜਾਂ ਉਸ ਸਮਾਜ ਸੁਧਾਰਕ ਦੇ ਬਾਰੇ? ਕਮੈਂਟ ਬਾਕਸ 'ਚ ਜ਼ਰੂਰ ਡਾਲੋ ਔਰ ਜੁੜੇ ਰਹੋ, ਦੇਖਦੇ ਰਹੋ ਦ ਫੈਕਟ ਆਈ। ਧੰਨਵਾਦ।